ਪੂਰੀ ਦੁਨੀਆ ਲਈ ਤਰਾਸ ਦੀ ਬਣੇ ਕੋਰੋਨਾ ਵਾਇਰਸ ਦੇ ਇਸ ਪ੍ਰਕੋਪ ਦਰਮਿਆਨ ਜਿੱਥੇ ਲੋਕਾਂ ਨੂੰ ਆਪੋ ਆਪਣੀ ਜਾਨ ਦੀ ਪਈ ਹੈ, ਤਾਂ ਉੱਤੇ ਹੀ ਸਿੱਖ ਭਾਈਚਾਰਾ ਮੁਲਕ ਹੀ ਨਹੀਂ ਬਲਕਿ ਦੁਨੀਆ ਦੇ ਕੋਨੇ ਕੋਨੇ ਵਿੱਚ ਲੋੜਵੰਦਾਂ ਦੀ ਮਦਦ ਲਈ ਅੱਗੇ ਆ ਰਿਹਾ ਹੈ। ਲੋੜਵੰਦਾਂ ਤੱਕ ਲੰਗਰ ਪਹੁੰਚਾਇਆ ਜਾ ਰਿਹਾ ਹੈ, ਹਰ ਮਦਦ ਪਹੁੰਚਾਈ ਜਾ ਰਹੀ ਹੈ। ਅਮਰੀਕਾ ਦੇ ਨਿਊਯਾਰਕ ਵਿੱਚ ਸਰਕਾਰ ਵੱਲੋਂ ਸਿੱਖ ਭਾਈਚਾਰੇ ਤੱਕ ਪਹੁੰਚ ਕੀਤੀ ਗਈ ਹੈ ਅਤੇ ਸਿੱਖ ਭਾਈਚਾਰੇ ਤੋਂ ਲੋੜਵੰਦਾਂ ਤੱਕ ਲੰਗਰ ਪਹੁੰਚਾਉਣ ਦੀ ਅਪੀਲ ਸਰਕਾਰ ਵੱਲੋਂ ਕੀਤੀ ਗਈ ਹੈ ਅਤੇ ਸ਼ਟਡਾਊਨ ਕਾਰਨ ਭੁੱਖਮਰੀ ਦੇ ਕਗਾਰ ਤੇ ਪਹੁੰਚੇ ਅਮਰੀਕੀਆਂ ਨੂੰ ਹੁਣ ਸਿੱਖ ਭਾਈਚਾਰੇ ਵੱਲੋਂ ਲੰਗਰ ਛਕਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਲਈ ਹਦਾਇਤਾਂ ਜਾਰੀ ਹੋਈਆਂ ਹਨ। ਅਜਿਹੇ ਵਿੱਚ ਵੱਡੀ ਮੁਸ਼ਕਲ ਲੋਕਾਂ ਤੱਕ ਖਾਣਾ ਪਹੁੰਚਾਉਣਾ ਵੱਡਾ ਚੈਲੰਜ ਹੈ, ਖਾਸ ਕਰਕੇ ਜੋ ਓਲਡ ਕੇਅਰ ਸੈਂਟਰ ਵਿੱਚ ਰਹਿ ਰਹੇ ਹਨ। ਇਸ ਵੱਡੀ ਮੁਸ਼ਕਲ ਸਮੇਂ ਅਮਰੀਕੀ ਸਰਕਾਰ ਨੇ ਸਿੱਖਾਂ ਨੂੰ ਯਾਦ ਕੀਤਾ ਹੈ। ਨਿਊਯਾਰਕ ਵਿੱਚ ਵਰਲਡ ਸਿੱਖ ਪਾਰਲੀਮੈਂਟ ਦੀ ਵੈਲਫੇਅਰ ਕੌਂਸਲ ਨੇ ਉਸ ਵੇਲੇ ਕਮਰ ਕੱਸੇ ਕੱਸ ਲਏ ਜਦੋਂ ਨਿਊਯਾਰਕ ਮੇਅਰ ਬਿਲ ਡੀ ਬੇਸਿਓ ਨੇ ਪਹੁੰਚ ਕੀਤੀ ਅਤੇ ਲੰਗਰ ਦੇ ਲਈ ਬੇਨਤੀ ਕੀਤੀ। ਵਰਲਡ ਸਿੱਖ ਪਾਰਲੀਮੈਂਟ ਦੀ ਵੈਲਫੇਅਰ ਕੌਂਸਲ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਸਿੱਖ ਸੈਂਟਰ ਆਫ ਨਿਊਯਾਰਕ ਕੁਈਨ ਵਿਲੇਜ ਗੁਰਦੁਆਰਾ ਸਾਹਿਬ ਤੋਂ ਸੋਮਵਾਰ ਸਵੇਰੇ 6 ਵਜੇ ਤੋਂ 28,000 ਲੋਕਾਂ ਲਈ ਖਾਣਾ ਤਿਆਰ ਕੀਤਾ ਜਾਵੇਗਾ। ਇਸ ਵਿਸ਼ੇਸ਼ ਕਾਰਜ ਲਈ ਗੁਰਦੁਆਰਾ ਸਾਹਿਬ ਦੀ ਰਸੋਈ ਘਰ ਬਕਾਇਦਾ ਸੈਨੀਟਾਈਜ਼ ਕਰ ਲਿਆ ਗਿਆ ਹੈ। ਸਾਰੀਆਂ ਰਸ਼ਦ ਸੇਵਾਦਾਰਾਂ ਵੱਲੋਂ ਗੁਰੂ ਘਰ ਪਹੁੰਚਾਈਆਂ ਜਾ ਰਹੀਆਂ ਹਨ। ਖਾਣਾ ਬਣਾਉਣ ਸਮੇਂ ਖਾਸ ਹਦਾਇਤਾਂ ਦਾ ਖਿਆਲ ਰੱਖਿਆ ਜਾਵੇਗਾ। ਇਸ ਖਾਣੇ ਨੂੰ ਡੱਬਿਆਂ ਵਿੱਚ ਬੰਦ ਕੀਤਾ ਜਾਵੇਗਾ ਜਿਸ ਨੂੰ ਸਰਕਾਰੀ ਨੁਮਾਇੰਦੇ ਲੋੜਵੰਦਾਂ ਤੱਕ ਪਹੁੰਚਾਉਣਗੇ। ਇਸ ਸਮੇਂ ਸਭ ਤੋਂ ਵੱਧ ਮੁਸ਼ਕਿਲ ਆ ਰਹੀ ਹੈ ਪੈਕਿੰਗ ਲਈ ਬਾਕਸ ਬਹੁਤ ਮੁਸ਼ਕਿਲ ਨਾਲ ਮਿਲ ਰਹੇ ਹਨ। ਫਿਰ ਵੀ ਵੈਲਫੇਅਰ ਕੌਂਸਲ ਦੇ ਸੇਵਾਦਾਰ ਆਪਣੀ ਹਰ ਕੋਸ਼ਿਸ਼ ਕਰਕੇ ਦੂਰ ਦੂਰ ਤੋਂ ਖਾਣੇ ਦੀ ਪੈਕਿੰਗ ਲਈ ਬਕਸਿਆਂ ਦਾ ਪ੍ਰਬੰਧ ਕਰ ਰਹੇ ਨੇ। ਵੈਲਫੇਅਰ ਕੌਂਸਲ ਦੇ ਨੁਮਾਇੰਦੇ ਇਸ ਵਿੱਚ ਮਾਣ ਮਹਿਸੂਸ ਕਰ ਰਹੇ ਹਨ। ਜਿੱਥੇ ਬਹੁਤ ਸਾਰੇ ਅਦਾਰੇ ਬੰਦ ਹੋ ਗਏ ਹਨ, ਖਾਣਾ ਬਣਾਉਣ ਵਾਲੇ ਵੱਡੇ ਵੱਡੇ ਅਦਾਰੇ ਵੀ ਛੁੱਟੀ ਕਰ ਗਏ ਹਨ। ਅਜਿਹੀ ਸਥਿਤੀ ਵਿੱਚ ਨਿਊਯਾਰਕ ਮੇਅਰ ਬਿਲ ਡੇ ਬਸੈਲੋ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਲੰਗਰ ਤੱਕ ਪਹੁੰਚ ਕੀਤੀ ਹੈ ਤਾਂ ਜੋ ਕੋਈ ਵੀ ਨਿਊਯਾਰਕ ਦਾ ਨਾਗਰਿਕ ਖਾਣੇ ਤੋਂ ਵਾਂਝਾ ਨਾ ਰਹੇ। ਵੈਲਫੇਅਰ ਕੌਂਸਲ ਦੇ ਨੁਮਾਇੰਦਿਆਂ ਨੇ ਇਹ ਵੀ ਕਿਹਾ ਕਿ ਲੋਕਲ ਸੰਗਤ ਇਸ ਵਿੱਚ ਸਹਿਯੋਗ ਦੇਣ। 95 Avenue ਗ੍ਰੀਨ ਵਿਲੇਜ ਨਿਊਯਾਰਕ ਸਿੱਖ ਸੈਂਟਰ ਆਫ ਨਿਊਯਾਰਕ ਗੁਰਦੁਆਰਾ ਸਾਹਿਬ ਪਹੁੰਚ ਸਕਦੀ ਹੈ, ਪਰ ਉਹ ਬਹੁਤ ਜ਼ਿਆਦਾ ਗਿਣਤੀ ਵਿੱਚ ਸੰਗਤ ਦੀ ਆਮਦ ਰਸੋਈ ਘਰ ਵਿੱਚ ਨਹੀਂ ਚਾਹੁੰਦੇ। ਸਿਰਫ ਜੋ ਲੋਕ ਸਿਹਤ ਪੱਖੋਂ ਬਿਲਕੁਲ ਦਰੁਸਤ ਹਨ ਉਹ ਗੁਰੂ ਘਰ ਆਉਣ ਅਤੇ ਸੇਵਾ ਵਿੱਚ ਹੱਥ ਵਟਾਉਣ ਲਈ ਪਹੁੰਚ ਸਕਦੇ ਹਨ। ਇਸੇ ਲੜੀ ਦੇ ਤਹਿਤ ਜੋ ਨਿਊਯਾਰਕ ਸਿਟੀ ਦੇ ਮੇਅਰ ਬਿਲ ਡੀ ਬਲਾਸੀਓ ਉਹਨਾਂ ਵੱਲੋਂ ਜਿਹੜੀ ਸਾਰੇ ਜਿਹੜੀਆਂ ਧਾਰਮਿਕ ਸੰਸਥਾਵਾਂ ਆ ਉਹਨਾਂ ਨੂੰ ਅਪਰੋਚ ਕੀਤੀ ਗਈ ਕਿ ਤੁਸੀਂ ਲੰਗਰ ਦਾ ਜਿਹੜਾ ਪ੍ਰਬੰਧ ਕਰੋ। ਜਿਹੜੇ ਕਿ ਅਮੈਰੀਕਾ ਦੇ ਵਿੱਚ ਲੋਕ ਵੱਡੀ ਤਾਦਾਦ ਹਾਊਸਿੰਗ ਦੀਆਂ ਬਿਲਡਿੰਗਾਂ ਹੈਗੀਆਂ ਜਾਂ ਕੁਛ ਇੱਦਾਂ ਦੇ ਜਗ੍ਹਾ ਹੈਗੀਆਂ ਜਿੱਥੇ ਸੀਨੀਅਰ ਸਿਟੀਜ਼ਨ ਰਹਿੰਦੇ ਆ, ਉਹਨਾਂ ਨੂੰ ਲੰਗਰ ਦੇਣ ਵਾਸਤੇ ਜਿਹੜਾ ਅਸੀਂ ਇੱਕ ਉਪਰਾਲਾ ਕੀਤਾ ਆ, ਜਿਹਦੇ ਵਿੱਚ ਗੁਰਦੁਆਰਾ ਸਾਹਿਬ ਵਿੱਚ ਗਰੋਸਰੀ ਜਿਹੜੀ ਲੈ ਕੇ ਆਏ ਹਾਂ, ਸੋ ਕੱਲ੍ਹ ਤੋਂ ਬਣਾਉਣ ਲਈ ਅਸੀਂ ਸ਼ੁਰੂ ਕਰ ਦੇਣੀ ਆ। 28,000 ਬੰਦੇ ਦਾ ਲੰਗਰ ਜਿਹੜਾ ਆ ਉਹ ਅਸੀਂ ਸੋਮਵਾਰ ਸਵੇਰੇ 6 ਵਜੇ ਰੈਡੀ ਕਰਕੇ ਦੇਵਾਂਗੇ। ਲੈ ਕੇ ਸਿਟੀ ਨੇ ਜਾਣਾ ਆ, ਉਹ ਆਪ ਵਰਤਾਉਣਗੇ, ਸਾਡਾ ਕੰਮ ਸਿਰਫ ਬਣਾਉਣ ਦਾ ਆ। ਸੋ ਸਾਡੀ ਬੇਨਤੀ ਵੀ ਆ ਵੀ ਤੁਸੀਂ ਜਿੰਨੇ ਕੁ ਵੀ ਭੈਣ ਭਰਾ ਸਾਨੂੰ ਸੁਣਦੇ ਆ, ਇਸ ਲੰਗਰ ਬਣਾਉਣ ਵਾਸਤੇ ਤੁਸੀਂ ਸੇਵਾ ਕਰਨ ਵਾਸਤੇ ਗੁਰਦੁਆਰਾ ਸਾਹਿਬ ਕੁਈਨ ਵਿਲੇਜ ਵਿਖੇ 222 ਸਟਰੀਟ ਵਾਲੇ ਆ ਸਕਦੇ ਆ। ਤਾਂ ਗਲੋਬ ਐਡਵਾਈਸ ਓਵਰਸੀਜ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ, ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕੋਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕੋਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ LORs SOPs ਹੈਲਪ ਕਰਦੇ ਹਾਂ ਅਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ ਏਅਰਪੋਰਟ ਪਿਕਅਪ ਅਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਦੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।